ਕਿ ਉਹਨਾਂ ਨੂੰ ਉਹ ਹਰ ਵਕਤ ਸਹਾਇਤਾ ਮੰਗ ਰਹੇ ਸੀਗੇ, ਹਰ ਵਕਤ ਤੜਫ ਰਹੇ ਸੀਗੇ ਕਿ ਕੋਈ ਸਾਡਾ ਪਰਮਾਤਮਾ ਸਾਡੀ ਬਾਂਹ ਫੜੇ, ਸਾਡਾ ਕੋਈ ਤਾਂ ਸਾਡਾ ਸਾਥੀ ਬਣੇ। ਲੇਕਿਨ ਉਹਨਾਂ ਦੀ ਜ਼ਿੰਦਗੀ 'ਚ ਕੁਛ ਇੱਦਾਂ ਦੇ ਲੋਕ ਆਏ, ਕੁਛ ਇੱਦਾਂ ਦੇ ਸਾਥੀ ਆਏ ਜਿਨ੍ਹਾਂ ਨੇ ਉਹਨਾਂ ਜ਼ਿੰਦਗੀ ਨੂੰ ਬਹੁਤ ਹੀ ਸੁਖਾਲਾ ਬਣਾਤਾ, ਜ਼ਿੰਦਗੀ 'ਚ ਬਹੁਤ ਹੈਲਪ ਕੀਤੀ। ਤਾਂ ਅੱਜ ਅਸੀਂ ਉਹਨਾਂ ਪਰਿਵਾਰਾਂ ਨਾਲ ਮਿਲਾਂਗੇ, ਉਹਨਾਂ ਤੋਂ ਜਾਣਾਂਗੇ ਕਿ ਆਖਿਰ ਉਹ ਲੋਕ ਕੌਣ ਸਨ, ਕਿੱਥੋਂ ਆਏ ਸਨ, ਵੀ ਜਿਨ੍ਹਾਂ ਨੇ ਉਹਨਾਂ ਜ਼ਿੰਦਗੀ 'ਚ ਆ ਕੇ ਉਹਨਾਂ ਸਹਾਰਾ ਬਣੇ, ਉਹਨਾਂ ਨੂੰ ਜਾਣਦੇ ਹਾਂ ਉਹਨਾਂ ਦੇ ਬਾਰੇ। ਨਮਸਕਾਰ ਬਾਪੂ ਜੀ। ਨਮਸਕਾਰ ਜੀ। ਆਪਣਾ ਨਾਮ ਜੀ? ਸੁਦਾਗਰ ਸਿੰਘ ਜੀ। ਕੰਮ ਕੀ ਕਰਦੇ ਆ? ਕੰਮ ਮਾੜਾ ਮੋਟੀ ਦਿਹਾੜੀ ਦਾ ਪੈਗਾ, ਤੇ ਹੋਰ ਕੀ ਕਰਦੇ ਆ? ਤੇ ਇੱਕ ਇੱਥੇ ਭਰਤ ਪੈਣ ਤੋਂ ਘਰ ਕਮਰਾ ਬਣਨ ਤੋਂ ਪਹਿਲਾਂ ਇੱਥੇ ਕੀ ਪੱਧਰ ਜ਼ਮੀਨ ਸੀ, ਪਲਾਟ ਸੀ ਕਿ ਕੁਝ ਪਹਿਲਾਂ ਬਣਿਆ ਹੋਇਆ ਸੀਗਾ, ਢਾਹ ਕੇ ਬਣਾਇਆ ਆ? ਨਹੀਂ ਨਹੀਂ, ਪਹਿਲਾਂ ਇਹ ਕਿਨੇ ਢਾਹ ਕੇ ਕੋਈ ਲੈ ਗਿਆ ਸੀ। ਅੱਛਾ। ਅਸੀਂ ਤਾਂ ਦੁਆਰੇ ਬਣਾਇਆ, ਮਤਲਬ ਪੱਧਰ ਜ਼ਮੀਨ ਸੀ, ਤੇ ਪੱਧਰ ਜ਼ਮੀਨ ਦੇ ਨਵਾਂ ਭਰਤ ਪਾਈ, ਨਵਾਂ ਕਮਰਾ ਪਾਇਆ। ਹਾਂਜੀ ਹਾਂਜੀ, ਨਵਾਂ ਹੀ ਪਾਇਆ, ਨਵੀਂ ਸਾਰੀ ਅੱਟ ਲਿਆਂਦੀ ਅਸੀਂ, ਨਵਾਂ ਹੀ ਕੰਧ ਕਿਸਮ ਦਿਸੀ ਜਾਂਦਾ ਯਾਰ ਆਪਾਂ। ਹਾਂ ਠੀਕ ਹੈ ਨਾ ਜੀ। ਅਤੇ ਕਿੰਨਾ ਖਰਚਾ ਆ ਚੁੱਕਾ ਟੋਟਲ ਬਣਾਉਣ 'ਤੇ, ਇਹ ਪਾਉਣ 'ਤੇ, ਕਮਰਾ ਪਾਉਣ 'ਤੇ? ਮੈਨੂੰ ਨਹੀਂ ਜੀ ਪਤਾ, ਉਹਨਾਂ ਪਟਵਾਰੀ ਕੋਲ ਲਿਖਤ ਹੈ, ਉਹ ਪੰਗੇ ਮਤਲਬ ਪ੍ਰੇਮੀ ਹੈ, ਉਹਦੇ ਕੋਲ ਲਿਖਤ ਹੈ। ਅਤੇ ਹੋਰ ਤੁਹਾਡੀ ਫੈਮਿਲੀ 'ਚ ਕੌਣ ਕੌਣ ਹੈ? ਮੈਂ ਸੀ, ਮੇਰੀ ਬੇਟੀ ਹੈ, ਇੱਕ ਮੇਰਾ ਬੇਟਾ ਅਤੇ ਮੈਂ ਹਾਂ ਜੀ। ਅੱਛਾ। ਉਹ ਬੇਟਾ ਬੇਟੀ ਕੀ ਕਰਦੇ ਨੇ? ਬੇਟਾ ਬੇਟੀ ਪੜ੍ਹਦੇ ਹੈ ਜੀ। ਕਿਹੜੀ ਕਲਾਸ 'ਚ? ਉਹ ਪੰਜਵੀਂ ਕਲਾਸ 'ਚ ਪੜ੍ਹਦੇ ਦੋਨੇ। ਡੇਰੇ ਦੇ ਨਾਲ ਟੱਚ ਆਇਆ ਹੋਇਆ ਜੀ, ਮੇਰੀ ਮੰਮਾ ਗਏ ਉੱਥੇ, ਵੀ ਮੇਰੀਆਂ ਕਰਕੇ ਵੀ ਬੇਟੀ ਆ, ਵੀ ਘਰ ਤੋਂ ਬਹੁਤ ਵੰਝ ਜੀ। ਵੀ ਇਹਨਾਂ ਨੇ ਮੈਨੂੰ ਪ੍ਰੇਮ ਗਾਣੇ, ਵੀ ਇਹਨਾਂ 'ਚ ਮਾਲਕ ਵਸਿਆ ਅਤੇ ਮੈਨੂੰ ਘਰ ਬਾਹਰ ਬਣਾ ਕੇ ਦਿੱਤਾ। ਮਤਲਬ ਤੁਹਾਡਾ ਪ੍ਰੇਮੀ ਨੇ ਪੂਰਾ ਸਾਥ ਦਿੱਤਾ ਉਸ ਵਕਤ, ਤੁਹਾਡੀ ਮਾਤਾ ਜੀ ਨੇ ਤੁਹਾਡਾ ਲਿੰਕ ਕਰਵਾਇਆ, ਪ੍ਰੇਮੀ ਸੀਗੇ ਉਸ ਟਾਈਮ? ਹਾਂਜੀ। ਵਿੱਚ ਪ੍ਰੇਮੀ ਨੇ ਜੋ ਤੁਹਾਡੀ ਸਹਿਯੋਗ ਦਿੱਤਾ, ਹੈਲਪ ਕੀਤੀ, ਉਹਦੇ 'ਚ ਕੀ ਇਨਕਲੂਡ ਹੈ, ਤੁਹਾਨੂੰ ਕੀ ਬਣਾ ਦਿੱਤਾ, ਕਿਆ ਕਿਆ ਚੀਜ਼ ਬਣਾ ਕੇ? ਹਾਂਜੀ, ਕਮਰਾ, ਬਾਥਰੂਮ, ਲੈਟਰਿਨ ਬਣਾ ਕੇ ਦਿੱਤੀ ਮੈਨੂੰ। ਤੇਰੇ ਨਾਲ ਖੜੇ ਆ, ਵੀ ਭੈਣੇ ਤੂੰ ਸਾਨੂੰ ਕਹਿ ਵੀ ਮੈਨੂੰ ਆਹ ਚੀਜ਼ ਦੀ ਲੋੜ ਆ, ਐਂ ਕਰਨਾ ਐਂ ਕਰਨਾ, ਵੀ ਤੂੰ ਸਾਨੂੰ ਇੱਕ ਵਾਰ ਭੈਣੇ ਦੱਸ ਦੇ। ਮੈਮ, ਜਿਹੜਾ ਤੁਸੀਂ ਦੱਸਿਆ ਤੁਹਾਡਾ ਬੇਟਾ ਤੇ ਬੇਟੀ ਆ, ਤੁਹਾਡੇ ਹਸਬੈਂਡ ਤੇ ਉਹ ਕਿੱਥੇ, ਉਹ ਕੀ ਕੰਮ ਕਰਦੇ, ਕਿੱਥੇ ਨੇ? ਹਸਬੈਂਡ ਵੀਰੇ ਬਾਹਰ ਭੇਜਿਆ ਸੀਗਾ, ਮੁੜ ਕੇ ਉਹਨੇ ਸਾਨੂੰ ਵੀ ਦੱਸਿਆ ਹੀ ਨਹੀਂ ਗਾ ਵੀ ਮੈਂ ਕਿੱਥੇ ਹਾਂ ਕਿੱਥੇ ਨਹੀਂ, ਵੀ ਬਸ। ਹਾਂਜੀ, ਬਾਹਰ ਕਿੱਥੇ ਗਏ ਮੈਡਮ? ਬਾਹਰ ਸਪੇਨ ਗਏ ਸੀਗੇ ਜੀ। ਹਾਂਜੀ, ਕੋਈ ਪਤਾ ਹੀ ਨਹੀਂ ਗਾ ਜੀ, ਜੇ ਸਾਨੂੰ ਸੱਚ ਹੀ ਨਹੀਂ ਦੱਸੇਗਾ ਉਹਨੇ, ਧੋਖੇ ਦੇ ਗਏ। ਹਾਂਜੀ ਹਾਂਜੀ, ਹਾਂਜੀ ਫਲੋਡ ਕੀਤਾ। ਇਸ ਘਰ ਦੇ ਬਣਨ ਤੋਂ ਪਹਿਲਾਂ ਤੁਸੀਂ ਕਿੱਥੇ ਰਹਿ ਰਹੇ ਸੀ, ਉਦੋਂ ਤੁਹਾਡਾ ਗੁਜ਼ਾਰਾ ਕਿਵੇਂ ਚੱਲ ਰਿਹਾ ਸੀ, ਤੁਹਾਡੀ ਉਦੋਂ ਕੀ ਕੰਡੀਸ਼ਨ ਸੀ? ਬਸ ਪਹਿਲਾਂ ਮੈਂ ਕਿਸੇ ਦੇ ਘਰ ਰਹਿੰਦੀ ਸੀ ਵੀਰੇ, ਐਂ ਡਰ ਰਹਿੰਦਾ ਸੀਗਾ ਵੀ ਕੋਈ ਆ ਕੇ ਠਾਰ ਨਾ ਦੇਵੇ, ਕੋਈ ਆ ਕੇ ਠਾਰ ਨਾ ਦੇਵੇ। ਉਦੋਂ ਬਾਅਦ ਵੀ ਚੱਲ ਉਹਨਾਂ ਨੇ ਮਾਲ ਮਕਾਨ ਵਾਲਿਆਂ ਨੇ ਕਹਿ ਤਾ ਵੀ ਇੱਥੋਂ ਥਾਂ ਵੀ ਜਗ੍ਹਾ ਛੱਡ ਦਿਉ, ਮੇਰਾ 3-4 ਘਰੀ ਥਾਂ ਸਮਾਨ ਪਿਆ ਸੀਗਾ। ਬਸ ਮੈਂ ਇਹੀ ਪ੍ਰੇਮੀਆਂ ਦਾ ਧੰਨਵਾਦ ਕਰਦੀ ਹਾਂ ਵੀ ਜਿਹੜਾ ਮੇਰਾ ਸਿਰ ਢਕਾ ਕਰਤਾ ਉਹਨਾਂ ਨੇ, ਜਿਵੇਂ ਮੇਰੀ ਸੁਣੀ ਆ ਮਾਲਕ ਕੁੱਲ ਦੀ ਸੁਣੀ। ਅਤੇ ਜੋ ਉਸ ਜਗ੍ਹਾ 'ਤੇ ਤੁਹਾਨੂੰ ਘਰ ਪਾ ਕੇ ਦਿੱਤਾ, ਕੀ ਇਹ ਜਗ੍ਹਾ ਫਿਰ ਤੁਸੀਂ ਆਪਣੀ ਪਰਚੇਜ਼ ਕੀਤੀ ਕਿ ਇਹ ਵੀ ਤੁਹਾਨੂੰ ਉਹਨਾਂ ਨੇ ਪਰਚੇਜ਼ ਕਰਕੇ ਦਿੱਤੀ ਫੋਲੋਅਰਸ ਨੇ? ਉਹ ਜਗ੍ਹਾ ਵੀ ਮੇਰੀ ਸਿਸਟਰ ਨੇ ਲੈ ਕੇ ਦਿੱਤੀ ਹੈ, ਕੁਛ ਮੇਰੇ ਪਾਪਾ ਨੇ ਪੈਸੇ ਪਾਏ ਸੀਗੇ। ਹਾਂਜੀ। ਮਾਤਾ ਜੀ, ਜੋ ਘਰ ਬਣ ਰਿਹਾ ਹੈ, ਇਹ ਬਣਾਉਣ ਦਾ ਕਾਰਨ ਕੀ ਸੀਗਾ, ਟੁੱਟ ਚੁੱਕਿਆ ਸੀਗਾ ਕਿ ਤੁਹਾਡੇ ਕੋਲ? ਟੁੱਟ ਗਿਆ ਸੀ, ਹਾਂ ਟੁੱਟ ਚੁੱਕਿਆ। ਓਕੇ। ਉਹ ਬਸ ਪਤਾ ਹੀ ਨਹੀਂ ਲੱਗਾ ਹੈਗਾ, ਅਸੀਂ ਗਿਰ ਗਿਆ। ਪੁਰਾਣਾ ਹੋਣ ਦੇ ਬਾਵਜੂਦ ਟਾਈਮ ਬਹੁਤ ਪੈ ਗਿਆ? ਹਾਂ, ਟਾਈਮ ਬਹੁਤ ਹੋ ਗਿਆ ਸੀ, ਇਹ ਛੱਤ ਚੱਕਿਆ ਹੀ ਨਹੀਂ ਗਈ, ਬਸ ਘਰ ਬਣਿਆ ਹੀ ਨਹੀਂ ਗਿਆ। ਤੋ ਆਪ? ਹਾਂਜੀ। ਆਪ ਬਤਾਈਏ ਕਿ ਜੋ ਆਪਕਾ ਘਰ ਹੈ ਬਣਵਾ ਰਹੇ ਹੈ, ਜੋ 150 ਵਾਲੇ ਬਣਾ ਰਹੇ ਹੈ, ਇਹ ਕਿਉਂ ਬਣਾ ਰਹੇ ਹੈ ਆਪਣੇ, ਕਿਆ ਕੋਈ ਟੁੱਟ ਗਿਆ ਥਾ, ਕਿਆ ਕੈਸੇ, ਕਿਆ ਜ਼ਮੀਨ ਪੜੀ? ਵੈਸੇ ਹੀ ਬਣਾ ਕੇ ਦੇ ਰਹੇ ਹੈ, ਸਾਡੇ ਗਰੀਬੀ ਹੈ, ਗੁਜ਼ਾਰਾ ਨਹੀਂ ਚੱਲਦਾ, ਮੈਂ ਹੀ ਕੰਮ ਕਰਦੀ ਹਾਂ ਸਰ, ਮੇਰੇ ਸਿਰ 'ਤੇ ਗੁਜ਼ਾਰਾ ਚੱਲਦਾ। ਕੰਮ ਕਿਆ ਕਰਦੇ ਆਪ? ਮੈਂ ਫੈਕਟਰੀ ਮੈਂ ਕੰਮ ਕਰਦੀ ਹਾਂ। ਫੈਕਟਰੀ 'ਚ ਕੰਮ ਕਰਦੇ ਹਾਂ ਤੁਸੀਂ, ਅਤੇ ਤੁਹਾਨੂੰ ਕਿੰਨਾ ਫਿਰ ਕਿੰਨਾ ਪੇ ਮਿਲ ਜਾਂਦਾ? ਮੈਨੂੰ 5-5 ਰੁਪਈਆ ਮਿਲਦਾ। ਤੁਹਾਡਾ ਘਰ ਦਾ ਗੁਜ਼ਾਰਾ ਨਹੀਂ ਚੱਲਦਾ ਸੀ ਅਤੇ ਤੁਹਾਨੂੰ ਜ਼ਰੂਰਤ ਸੀ ਰਹਿਣ ਲਈ ਕਮਰੇ ਦੀ, ਤਾਂ ਤੁਹਾਡੇ ਤੁਸੀਂ ਇਹਨਾਂ ਤੋਂ ਮਦਦ ਮੰਗੀ? ਅਸੀਂ ਕਮਰਾ ਪਾ ਨਹੀਂ ਸਕਦੇ ਸੀ। ਇਹ ਜੋ ਘਰ ਬਣਾ ਕੇ ਦੇ ਰਹੇ ਤੁਹਾਨੂੰ,
ਐਡੀ ਨੇ ਸੱਚਾ ਵਾਲੇ ਜੋ ਸਾਧ ਸੰਗਤ ਪਿੰਡ ਦੀ ਤੁਹਾਡੇ ਸ਼ਹਿਰ ਦੀ ਬਣਾ ਰਹੀ ਆ, ਇਹ ਪੂਰਨ ਤੌਰ ਤੇ ਆਪਦਾ ਖਰਚਾ ਯੂਜ਼ ਕਰ ਰਹੀ ਆ ਕਿ ਤੁਹਾਡੇ ਤੋਂ ਕੋਈ ਪੈਸੇ ਮੰਗ ਰਹੀ ਆ ਕੁਛ ਇਦਾਂ ਦਾ? ਨਹੀਂ, ਆਪ ਸਾਰਾ ਖਰਚਾ ਕਰ ਰਹੇ, ਸਾਨੂੰ ਰੋਟੀ ਤੱਕ ਵੀ ਨਹੀਂ ਬਣਾਉਣ ਦਿੰਦੇ, ਉਹ ਕਹਿੰਦੇ ਅਸੀਂ ਬਣਾਵਾਂਗੇ ਚਾਹ ਤੱਕ, ਦੁੱਧ ਤੱਕ ਸਾਰਾ ਖਰਚਾ ਇਹਨਾਂ ਦਾ ਜਾਂਦਾ। ਤਾਂ ਸਾਰੇ ਦਿਨੇ ਸਤਸੰਗ ਇਹਨਾਂ ਨੇ ਰਲ ਕੇ ਬਣਾਉਂਦਾ। ਮੈਨੂੰ ਪਤਾ ਸੀਗਾ ਇੱਥੇ ਬੈਠਾ ਦੁਆਰੀ ਵਾਲਾ ਦਿਨ ਸੀ, ਉਹ ਜਦੋਂ ਮੈਂ ਬਾਹਰ ਆਉਣ ਗਿਆ ਨਾ, ਉਸਨੇ ਮੇਰੀ ਲੱਤ ਪਾੜਤੀ, ਉਹ ਜੀ ਖੂਨ ਨਿਕਲਦਾ ਰਿਹਾ। ਇਹਨਾਂ ਨੇ ਮੇਰਾ ਇਲਾਜ ਵੀ ਕਰਵਾਇਆ, ਸਾਰਾ ਕੁਝ ਕਰਵਾਇਆ, ਕਈ ਵਾਰ ਖਰਚਾ ਵੀ ਦੇ ਕੇ ਜਾਂਦੇ ਸੀਗੇ, ਅਤੇ ਮੈਨੂੰ ਹਾਲੇ ਵੀ ਅਸੀਂ ਆਪੇ ਆਇਆ ਕਰਾਂਗੇ, ਆਪੇ ਅਸੀਂ ਤੇਰਾ ਪਤਾ ਲਿਆ ਕਰਾਂਗੇ। ਅੱਛਾ, ਫਿਰ ਮੁੜ ਕੇ ਬਾਈ ਇਹ ਮੈਂ ਉਹ ਇੱਕ ਤੋਂ ਪੱਟੀ ਲਵਾ ਲਈ, ਉਸ ਨੂੰ ਕੋਈ ਜਾਣਕਾਰੀ ਘੱਟ ਸੀਗੀ, ਉਹਨੇ ਵਿੱਚ ਕਿਸੇ ਜਿਹੜੇ ਆਪਣੇ ਪੱਠੇਕੂਰੀ ਦੇ ਕੁਤਰਾ ਹੁੰਦਾ ਨਾ, ਉਹਨੇ ਪੱਟੀ ਉੱਤੇ ਕਰਤੀ, ਉਹ ਫਿਰ ਖਰਾਬ ਹੋ ਗਿਆ। ਫਿਰ ਮੈਂ ਕਿਧਰ ਨੂੰ ਪੱਟੀ ਜੀ ਖੋਲ੍ਹਤੀ, ਉਹ ਮੁੜ ਕੇ ਮੈਨੂੰ ਇੱਥੇ ਆਪਣੇ ਡਿਫੈਂਸਰੀ ਵਾਲੀਆਂ ਡਾਕਟਰ ਨੇ ਆਉਂਦੀਆਂ, ਉਹ ਆਉਂਦੀਆਂ ਕਿ ਬਈ ਮੈਨੂੰ ਟੀਕੇ ਲਵਾਓ। ਮੈਂ ਕਿਹਾ ਹਲਕਿਆ ਤਾਂ ਹੈ ਨਹੀਂ ਗਾ, ਲਵਾ ਲੈਂਦਾ। ਉਹ ਮੁੜ ਕੇ ਮੈਂ ਟੀਕੇ ਲਵਾ ਲਏ, ਉਹਨਾਂ ਨਾਲ ਮੇਰਾ ਖੂਨ ਸੁੱਕਣ ਲੱਗ ਗਿਆ। ਅਤੇ ਉਹ ਦੋ ਵਾਰ ਫਿਰ ਮੈਨੂੰ ਨਾ ਚੱਕਰ ਆਉਣ ਲੱਗ ਪਏ, ਚੱਕਰ ਆਉਣ ਲੱਗ ਪਏ, ਅਤੇ ਮੁੜ ਕੇ ਉਹਨਾਂ ਚੱਕਰਾਂ ਨੇ ਮੈਨੂੰ ਨਾ ਉਹ ਜਿਹੜਾ ਖੂਨ ਸੀਗਾ, ਇੱਕ ਤਾਂ ਜਿਹੜਾ 70-75 ਸਾਲ ਦੀ ਉਮਰ ਹੈ ਉਹਦੇ 'ਚ ਖੂਨ ਨਹੀਂ ਬਣਦਾ, ਅਤੇ ਮੁੜ ਕੇ ਮੈਨੂੰ ਜਿਹੜੇ ਖੂਨ ਸੀ ਜ਼ਿਆਦਾ ਨਿਕਲ ਗਿਆ ਲੋੜ ਤੋਂ ਵੱਧ, ਅਤੇ ਉਹ ਮੁੜ ਕੇ ਮੈਂ ਹੌਲੀ 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 ਸੋਟੀ 'ਤੇ ਤੁਰਦਾ ਰਿਹਾ, ਹੌਲੀ ਤੁਰਦਾ ਸੋਟੀ 'ਤੇ ਹੀ। ਅਤੇ ਇਹ ਮੈਨੂੰ ਪੁੱਛ ਜਾਂਦੇ ਆ ਬਈ ਤੇਰੇ ਕੋਲ ਕੋਈ ਰਾਸ਼ਨ ਪਾਣੀ ਹੈਗਾ? ਕਦੇ ਤਾਂ ਮੈਂ ਸੰਗਦਾ ਇਹਨਾਂ ਨੂੰ ਕਹਿੰਦਾ ਨਹੀਂ। ਕੌਣ ਆਉਂਦੇ, ਕੌਣ ਨਹੀਂ, ਕੌਣ ਪੁੱਛਣ ਆਉਂਦੇ ਤੁਹਾਨੂੰ? ਹੈਂ, ਪੁੱਛਣ ਕੌਣ ਆਉਂਦਾ ਤੁਹਾਨੂੰ, ਕੌਣ ਪੁੱਛਣ ਆਉਂਦਾ? ਲਿਆ ਪੰਗੀ ਦਾਸ ਹੋਰ ਜਿਹੜੇ ਪ੍ਰੇਮੀ ਆ ਇਹ ਪੁੱਛਣ ਆਉਂਦੇ ਸੀਗੇ। ਮੇਰੇ ਵਾਲੇ ਵੀ ਉਹ ਉੱਥੇ ਆਏ ਸੀ 2-3 ਵਾਰੀ, ਉਹ ਆਉਂਦੇ ਜੀ ਬਣਾਵਾਂਗੇ, ਹਜੇ ਠਹਿਰ ਜਾਓ। ਅੱਛਾ, ਕਿ ਜੋ ਮਰਜ਼ੀ ਬਣਾ ਲੈ ਜਾਓ, ਤੁਸੀਂ ਬਣਾਉਣਾ ਹੈ ਕਿ ਮੇਰੇ ਤਾਂ ਤੰਤ ਹੈ ਨਹੀਂ ਗੇ। ਉਹ ਮੁੜ ਕੇ ਜਦੋਂ ਮਾਲਕ ਦੀ ਮਰਜ਼ੀ ਹੋਈ ਉਹਦਾ ਨੰਬਰ ਆ ਗਿਆ, ਕਿਉਂਕਿ ਸਾਰਿਆਂ ਦੇ ਤਾਂ ਵੱਸ ਨਹੀਂ ਹੁੰਦਾ, ਉਹ ਕਰਦਾ ਤਾਂ ਮਾਲਕ ਹੀ ਹੈ। ਬਾਕੀ ਮੇਰੇ ਕੋਲ ਅੱਜ ਮੈਨੂੰ ਹਾਲੇ ਵੀ ਅਸੀਂ ਤਰ੍ਹਾਂ ਬਣਾ ਕੇ ਦੇ ਕੇ ਜਾਵਾਂਗੇ। ਮੁੜ ਕੇ ਇੱਥੋਂ ਪਰਸੋਂ ਲਿਆਏ, ਮੈਨੂੰ ਅੱਜ 4 ਦਿਨ ਇੱਧਰ ਖੜ੍ਹਾ ਕਰ ਦਾਂਗੇ। ਮੈਂ ਕਿਹਾ ਵੀ ਜਦੋਂ ਮਰਜ਼ੀ ਇਹ ਕੰਮ ਕਰ, ਤੁਸੀਂ ਕਰ ਲਓ, ਛੱਡ ਦਿਓ, ਉਹ ਤੁਹਾਡੀ ਮਰਜ਼ੀ ਹੈ। ਉਹਨੇ ਕਿਹੋ ਜਿਹਾ ਬਣਾਉਣਾ, ਵਜੋ ਤਾਂ ਮਰਜ਼ੀ ਬਣਾ ਦਿਓ, ਮੈਨੂੰ ਇਸ ਗੱਲ ਨਾਲ ਕੋਈ ਤਲਕ ਨਹੀਂ ਗਾ। ਜੋ ਹੈ ਇਹ ਤੁਹਾਡਾ ਹੀ ਹੈ ਜਾਂ ਉਸ ਮਾਲਕ ਦਾ। ਅਤੇ ਜੋ ਅੱਜ ਇਹ ਬਣਾਉਣ ਲੱਗ ਰਹੇ ਨੇ, ਇਹਨਾਂ ਨੇ ਤੁਹਾਡੇ ਕੋਲ ਪੈਸੇ ਵੀ ਲੈਤੇ ਬਣਾਉਣ ਲਈ? ਨਹੀਂ, ਕੁਛ ਨਹੀਂ ਲਿਆ, ਪੈਸੇ ਤਾਂ ਕਿੱਥੋਂ ਲੈ ਲਏ ਸੀ ਮੈਂ ਤੋਂ, ਰਾਸ਼ਨ ਤਾਂ ਮੈਨੂੰ ਇਹ ਦੇ ਕੇ ਜਾਂਦੇ ਸੀ। ਤੁਹਾਡਾ ਨਾਮ ਜੀ? ਬਾਬੂ ਰਾਮ ਜੀ। ਬਾਬੂ ਰਾਮ ਜੀ, ਤੁਸੀਂ ਕਿੱਥੋਂ ਦੇ ਰਹਿਣ ਵਾਲੇ? ਪਿੰਡ ਖਾਰਾ ਜੀ, ਫਰੀਦਕੋਟ। ਬਾਬੂ ਰਾਮ ਜੀ, ਅਸੀਂ ਤੁਹਾਨੂੰ ਸੁਬਹਾ ਤੋਂ ਮੋਰਨਿੰਗ ਤੋਂ ਨੋਟਿਸ ਕਰ ਰਹੇ ਹਾਂ ਕਿ ਤੁਸੀਂ ਇੱਥੇ ਖੜ੍ਹੇ ਪੂਰੀ ਮੈਨੇਜਿੰਗ ਕਰ ਰਹੇ ਹੋ, ਦੇਖ ਰਹੇ ਹੋ, ਕਿਸੇ ਨੂੰ ਕੋਈ ਸੇਵਾਦਾਰ ਨੂੰ ਜੋ ਇੱਥੇ ਕੰਮ ਕਰ ਰਹੇ ਹਨ, ਬਜ਼ੁਰਗ ਲੇਡੀਜ਼, ਕਿਸੇ ਨੂੰ ਕੋਈ ਚੀਜ਼ ਜ਼ਰੂਰਤ ਪੈਂਦੀ ਹੈ, ਕਿਸੇ ਨੂੰ ਇੱਟਾਂ ਦੀ ਜ਼ਰੂਰਤ ਪੈਂਦੀ, ਕੋਈ ਚੀਜ਼ ਦੀ ਘਾਟ ਹੁੰਦੀ ਹੈ, ਤੁਸੀਂ ਉਹਨੂੰ ਪੂਰਾ ਕਰਵਾ ਰਹੇ ਹੋ, ਕੀ ਤੁਸੀਂ ਇੱਥੇ ਕੋਈ ਠੇਕੇਦਾਰ ਹੋ, ਉੱਥੇ ਠੇਕਾ ਲੈਤਾ, ਤੁਸੀਂ ਜੋ ਘਰ ਬਣ ਰਿਹਾ? ਨਹੀਂ ਨਹੀਂ ਜੀ, ਮੈਂ ਬਾਬੂ ਰਾਮ ਭੰਗੀ ਦੱਸ ਹਾਂ ਜੀ, ਪਿੰਡ ਖਾਰੇ ਦਾ। ਠੇਕਾ ਨਹੀਂ, ਅਸੀਂ ਸੇਵਾਦਾਰ ਹਾਂ ਜੀ, ਸੇਵਾਦਾਰ ਹਾਂ ਅਸੀਂ ਤਾਂ, ਅਤੇ ਉਹਦੇ 'ਚ ਠੇਕਾ ਤਾਂ ਲਿੱਤਾ ਹੀ ਹੈ। ਠੇਕਾ ਕੀ ਹੈ? ਸਤਿਗੁਰੂ ਨੇ ਲਿੱਤਾ ਜੀ, ਸੰਤ ਗੁਰਮੀਤ ਰਾਮ ਸਿੰਘ ਇੰਸਾ, ਉਹਨਾਂ ਨੇ ਠੇਕਾ ਲਿੱਤਾ ਜੀ, ਵੀ ਜੋ ਵੀ ਮਾਨਤ ਦਾ ਭਲਾਈ ਉਹ ਆਪਾਂ ਕੰਮ ਕਰਨਾ ਜੀ। ਅਤੇ ਬਾਕੀ ਜਿਵੇਂ ਕਹਿੰਦੇ ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ 'ਤੇ ਸਬਜ ਉਪਿਆ, ਕੌਣ ਭਲੇ ਕੌਣ ਮੰਦੇ। ਅਤੇ ਜੋ ਤੁਸੀਂ ਘਰ ਬਣਾ ਰਹੇ ਹੋ, ਦੇਖ ਰਹੇ ਹਾਂ, ਅਸੀਂ ਲਗਾਤਾਰ ਦੇਖ ਰਹੇ ਹਾਂ ਕਿ ਤੁਸੀਂ ਕੋਈ ਤੁਹਾਡੇ ਰਿਸ਼ਤੇਦਾਰ ਕਿਹਦਾ ਕਿਵੇਂ ਕੀ ਥੋੜ੍ਹਾ ਚਾਨਣਾ ਪਾਓ ਕਿ ਤੁਸੀਂ ਕੀ ਕਰ ਰਹੇ ਹੋ, ਕਿਹਦਾ ਘਰ ਹੈ, ਕਿਹਦੇ ਲਈ ਬਣਾ ਰਹੇ ਹੋ? ਨਹੀਂ ਜੀ, ਰਿਸ਼ਤੇਦਾਰ ਨਹੀਂ ਜੀ, ਨਾ ਤਾਂ ਸਾਡੇ ਰਿਸ਼ਤੇਦਾਰ ਹੈ ਅਤੇ ਨਾ ਹੀ ਕੋਈ ਸਾਡੇ ਕੋਈ ਨੇੜਤੇ ਹੈ। ਇਹ ਤਾਂ ਇੱਕ ਲੋੜਵੰਦ ਪਰਿਵਾਰ ਹੈ, ਮੰਨ ਲਓ ਵੀ ਜਿਵੇਂ ਕਿਤੇ ਵੀ ਲੋੜਵੰਦ ਹੁੰਦੀ ਹੈ ਪਰਿਵਾਰ, ਕਿਸੇ ਵੀ ਸਮਾਨ ਦੀ ਕਿਸੇ ਨੂੰ ਲੋੜ ਹੁੰਦੀ ਹੈ ਤਾਂ ਇੱਕ ਦੂਜੇ ਦਾ ਲੈ ਦੇ ਕੇ ਸਮਾਨ ਪੂਰਾ ਕਰਦੇ ਹੈ, ਅਤੇ ਇਹਨਾਂ ਨੂੰ ਮਕਾਨ ਦੀ ਜ਼ਰੂਰਤ ਸੀ। ਇਹ 2 ਗੁੱਡੀਆਂ, ਠੀਕ ਹੈ ਜੀ, ਅਤੇ ਇੱਕ ਗੁੱਡੀ ਤਾਂ ਜੋ ਆਪਦੀ ਵਿਆਹੀ ਹੈ,
ਇੱਕ ਗੁੱਡੀ ਉਹ ਆਪਣੇ ਮਾਂ ਪਿਓ ਦੀ ਦੇਖ ਰੇਖ ਕਰ ਰਹੀ ਹੈ, ਤਾਂ ਉਹ ਗੁੱਡੀ ਕੋਲ ਬਹੁਤ ਵਧੀਆ ਜੋ ਗੁੱਡੀ ਹੈ ਆਪਣੇ ਮਾਂ ਪਿਓ ਦੀ ਦੇਖ ਰੇਖ ਕਰ ਰਹੀ ਹੈ, ਪਰ ਉਹਦੇ ਕੋਲ ਥੋੜ੍ਹੀ ਜਿਹੀ ਇੰਨੀ ਮਿਹਨਤ ਨਹੀਂ ਸੀ ਕਿ ਉਹ ਆਪਦਾ ਕਮਰਾ ਪਾ ਸਕੇ। ਉਸ ਦੇ ਵਜ੍ਹਾ ਕਰਕੇ ਉਹਨਾਂ ਨੇ ਬੇਨਤੀ ਕੀਤੀ, ਇਹ ਆਪਣੇ ਬਾਈ ਲਖਵਿੰਦਰ ਸਿੰਘ ਜੀ ਪੰਗੀ ਦਾਸਾਂ ਦੇ ਟਾਣਾ ਦੇ, ਇਹਨਾਂ ਕੋਲ ਬੇਨਤੀ ਕੀਤੀ ਉਹਨਾਂ ਨੇ ਲਖਵਿੰਦਰ ਸਿੰਘ ਜੀ ਕੋਲ, ਉਹਨਾਂ ਨੇ ਸਾਡੇ ਕੋਲ ਸਹਿਯੋਗ ਮੰਗਿਆ, ਤਾਂ ਸਹਿਯੋਗ ਨਾਲ ਸੋਚਿਆ ਵੀ ਚਲੋ ਜੇ ਸਾਡੇ ਰਲ ਮਿਲ ਕੇ ਕਿਸੇ ਲੋੜਵੰਦ ਦੀ ਪੂਰ ਹੁੰਦੀ ਹੈ ਤਾਂ ਅਸੀਂ ਉਹ ਲੋੜ ਨੂੰ ਪੂਰਾ ਕਰਾਂਗੇ। ਉਸ ਦੇ ਤੌਰ 'ਤੇ ਇੱਕ ਇਨਸਾਨੀਅਤ ਦੇ ਤੌਰ 'ਤੇ ਇਹ ਕਮਰਾ ਪਾ ਰਹੇ ਹਾਂ ਜੀ, ਕਿਸੇ ਦੇ ਸਿਰ 'ਤੇ ਸੱਤ ਹੋ ਜਾਵੇ ਇਹੀ ਸੋਚ ਕੇ। ਇਹ ਦੇਖੋ ਜੀ, ਡੇਰਾ ਸੱਚਾ ਸੌਦਾ ਵੱਲੋਂ ਤਾਂ ਸਾਨੂੰ ਜੋ ਸਿੱਖਿਆ ਮਿਲੀ ਹੈ ਸਤਿਗੁਰ ਤੋਂ ਕਿ ਦੁਨੀਆਦਾਰੀ ਰਹਿੰਦੇ ਮਾਣੋ ਤਾਂ ਭਲਾਈ ਦੇ ਕੰਮ ਕਰਨੇ ਆ, ਜਿੰਨੇ ਵੀ ਸੇਵਾਦਾਰ ਸਾਰੇ ਕੰਮ ਕਰੀ ਜਾਂਦੇ ਆਪਣੀ ਆਪਣੀ ਜਗ੍ਹਾ 'ਤੇ, ਸਾਰਿਆਂ ਨੇ ਆਪਦੀ ਤਨਦੇਹੀ ਨਾਲ ਜਿਵੇਂ ਮਿਹਨਤ ਤਾਂ ਕਰਦੇ ਹੀ ਹੈ ਆਪਦੀ ਹੱਕ ਸੱਚ ਦੀ ਕਮਾਈ ਦੇ ਵਿੱਚੋਂ, ਜਿਵੇਂ ਦਸਮਾ ਦਸੌਂਦ ਕਹਿ ਲਓ ਚਾਹੇ ਪਰਹਿਤ ਪਰਮਾਰਥ ਵਾਸਤੇ ਯਾਨੀ ਕਿ ਤਿਲ ਫੁੱਲ ਜਿੰਨਾ ਵੀ ਕੋਈ ਦੇ ਸਕਦਾ, ਵੀ ਸਾਰੇ ਬੰਦਿਆਂ ਦੇ ਸਹਿਯੋਗ ਨਾਲ ਹੀ ਇਹ ਮਨੇਜ ਹੋਇਆ ਜੀ। ਪਰਿਵਾਰ ਨੇ ਜਾਂ ਜਿਵੇਂ ਕਹਿਤਾ ਵੀ ਸਾਨੂੰ ਆਹ ਚੀਜ਼ ਦੀ ਲੋੜ ਆ ਜੀ, ਫਿਰ ਸੰਗਤ ਨੇ ਸੇਵਾਦਾਰਾਂ ਨੇ ਸਾਰਿਆਂ ਨੇ ਯਾਨੀ ਕਿ ਉਹ ਮੈਨੇਜ ਕੀਤਾ, ਐਕਸਪੋਜ਼ ਕਰੋ 50-60 ਜਣੇ ਜੀ, ਇਹਨਾਂ ਸਾਰਿਆਂ ਨੇ ਆਪਦੀ ਹੱਕ ਸੱਚ ਦੀ ਕਮਾਈ ਦੇ ਵਿੱਚੋਂ ਮਿਹਨਤ ਦੇ ਵਿੱਚੋਂ ਯਾਨੀ ਕਿ ਉਹ ਪੈਸਾ ਇਕੱਠਾ ਕਰਕੇ ਜਿਹੜੀਆਂ ਇੱਟਾਂ ਲੈ ਕੇ ਆਉਂਦੀਆਂ ਜਾਂ ਗਾਡਰਾਂ ਲੈ ਕੇ ਆਉਂਦੀਆਂ ਜਾਂ ਬੱਤੇ ਲੈ ਕੇ ਆਉਂਦੇ ਆ, ਜੋ ਵੀ ਮੈਨੇਜ ਸੇਵਾਦਾਰਾਂ ਨੇ ਆਪਦੀ ਹੱਕ ਸੱਚ ਦੀ ਕਮਾਈ ਦੇ ਵਿੱਚ ਉਹ ਦਸਵਾਂ ਦਸੌਂਦ ਕੱਢ ਕੇ ਕੀਤਾ ਜੀ। ਰਚਦੇ ਹੋ ਘਰ ਬਣਾਉਂਦੇ ਹੋ, ਕਿੰਨਾ ਕੁ ਟਾਈਮ ਲੱਗ ਜਾਂਦਾ ਪੂਰਾ ਤਿਆਰ ਕਰਨ ਲਈ, ਪੂਰਾ ਕਮਰਾ ਜੋ ਤੁਸੀਂ ਤਿਆਰ ਕਰ ਰਹੇ ਹੋ ਕਿੰਨਾ ਟਾਈਮ ਲੱਗ ਜਾਂਦਾ ਇਹਦੇ ਵਿੱਚ? ਇਹ ਜੀ ਆਪਾਂ ਨੂੰ 2 ਕੁ ਦਿਨ ਦਾ ਸਮਾਂ ਜੋ ਗਏ ਤਕਰੀਬਨ ਲੱਗਿਆ ਜੀ, ਤਾਂ ਸੋ ਅੱਜ ਇਹਦੀ ਆਪਣੀ ਜੋ ਛੱਤ ਹੈ ਉਹ ਨਿਪਰੇ ਚੜ੍ਹ ਜੂਗਾ, ਕੰਮ ਕੰਪਲੀਟ ਹੋ ਜੂਗਾ ਜੀ। ਤੁਹਾਨੂੰ 2 ਦਿਨ ਸਮਾਂ ਲੱਗਿਆ ਪੂਰਾ ਇਹ 'ਚ ਤਿਆਰੀ ਕਰਨ ਅਤੇ ਇਹਨੂੰ ਨਿਬੇੜਨ ਦੇ ਵਿੱਚ, ਨਿਪਰ ਚੜਾਉਣ ਵਿੱਚ 2 ਦਿਨ ਛੱਤ ਪੈ ਜਾਣੀ ਹੈ। ਜੋ ਇੱਕ ਸੇਵਾ ਚੱਲ ਰਹੀ ਹੈ ਅਤੇ ਜ਼ਿਆਦਾਤਰ ਆਪਾਂ ਦੇਖਦੇ ਵੀ ਹਾਂ ਇੱਕ ਬੰਦਿਆਂ ਦੀ ਸੇਵਾ ਹੁੰਦੀ ਹੈ, ਬੰਦੇ ਇੱਦਾਂ ਕੰਮ ਕਰਦੇ, ਕਹੀ ਚਲਾਉਣਾ, ਬੱਟਲ ਚੱਕਣਾ, ਪਰ ਦੇਖ ਰਹੇ ਤੁਸੀਂ ਇੱਕ ਮਹਿਲਾ ਹੋਣ ਦੇ ਨਾਤੇ, ਲੇਡੀਜ਼ ਹੋਣ ਦੇ ਨਾਤੇ ਤੁਸੀਂ ਕੰਮ ਕਰ ਰਹੇ ਹੋ, ਇੱਦਾਂ ਜਜ਼ਬਾ ਇੱਦਾਂ ਦੀ ਤਾਕਤ ਤੁਹਾਨੂੰ ਕਿੱਥੋਂ ਮਿਲਦੀ ਹੈ ਚੀਜ਼ ਕਰਨ ਦੀ, ਕਿਉਂਕਿ ਇਹਦਾ ਇੱਕ ਬੰਦੇ ਦਾ ਕੰਮ ਹੁੰਦਾ? ਇਹ ਜੀ ਬੰਦੇ ਦਾ ਕੰਮ ਹੁੰਦਾ, ਸਾਨੂੰ ਗੁਰੂ ਜੀ ਦਾ ਸਿੱਖਿਆ ਪਹਿਲਾਂ ਨਹੀਂ ਸੀ, ਪਹਿਲਾਂ ਸਮਾਜ ਕਿਤੇ ਨਹੀਂ, ਜਦੋਂ ਦੇ ਗੁਰੂ ਜੀ ਨਾਲ ਜੁੜੇ ਹਾਂ ਅਤੇ ਉਹ ਮਾਲਕ ਦਾ ਸਹਾਰਾ ਹੀ ਇੰਨਾ ਜ਼ਿਆਦਾ ਆ, ਸਾਨੂੰ ਇੰਨਾ ਵੀ ਬੰਦਿਆਂ ਦੇ ਮੋਢੇ ਨਾਲ, ਬੰਦਿਆਂ ਤੋਂ ਵੱਧ ਤੱਕ ਕੰਮ ਕਰ ਲਏ, ਘੱਟ ਨਹੀਂ ਪਿੱਛੇ ਨਹੀਂ ਰਹਿ ਸਕਦੇ, ਮੋਢੇ ਨਾਲ ਮੋਢਾ ਲਾ ਕੇ ਚੱਲਦੇ। ਜਜ਼ਬਾ ਪੂਰਾ, ਕੋਈ ਜਜ਼ਬਾ ਪੂਰਾ ਮਿਲਦਾ, ਕੋਈ ਦਿੱਕਤ ਨਹੀਂ ਆਉਂਦੀ? ਕੋਈ ਦਿੱਕਤ ਨਹੀਂ ਆਉਂਦੀ। ਤਾਂ ਦਰਸ਼ਕੋ, ਅੱਜ ਅਸੀਂ ਪਹੁੰਚੇ ਸੀ ਡਿਸਟ੍ਰਿਕਟ ਫਰੀਦਕੋਟ, ਪੰਜਾਬ ਦੇ ਵਿੱਚ ਰਹਿਣ ਵਾਲੇ ਜੋ ਪੰਜਾਬ 'ਚ ਪੈਂਦਾ ਸ਼ਹਿਰ ਡਿਸਟ੍ਰਿਕਟ ਪੈਂਦਾ ਆ, ਉਹਦੇ ਅਸੀਂ ਅੱਜ ਇੱਕ ਆਸ਼ੀਆ ਨਾਲ ਤਹਿਤ ਮੁਹਿੰਮ ਦੇ ਤਹਿਤ ਇੱਕ ਘਰ ਬਣ ਰਿਹਾ, ਉਹਦੇ ਅਸੀਂ ਕੁਛ ਸੇਵਾਦਾਰਾਂ ਦਰਸ਼ਕਾਂ ਨਾਲ ਮਿਲੇ ਜੋ ਇੱਥੇ ਆਪਣੀ ਸੇਵਾ ਨਿਭਾ ਰਹੇ, ਉਹਨਾਂ ਨੇ ਆਪਣੇ ਵਿਚਾਰਧਾਰਾ ਆਪਣੇ ਸਾਂਝੇ ਕੀਤੀ। ਤਾਂ ਦੋਸਤੋ, ਅੱਜ ਤੁਸੀਂ ਇਹਨੂੰ ਪੂਰਾ ਸੰਸਾਰ ਦੇਖ ਰਹੇ ਹਾਂ, ਤਾਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਇੱਕ ਨੰਬਰ ਦਿੱਤਾ ਹੋਇਆ, ਵਟਸਐਪ ਨੰਬਰ ਸਕਰੀਨ 'ਤੇ ਚੱਲ ਰਿਹਾ ਆ, ਅਗਰ ਤੁਹਾਨੂੰ ਵੀ ਕਿਤੇ ਇੱਦਾਂ ਦਾ ਕੁਛ ਮਿਲਦਾ, ਕੋਈ ਮਨ ਤਬਲਾ ਜਿਹਾ ਕੰਮ ਕਰ ਰਿਹਾ, ਤਾਂ ਉਹਦਾ ਸਾਨੂੰ ਮੈਸੇਜ ਕਰੋ, ਸਾਰਿਆਂ ਨਾਲ ਸਾਂਝਾ ਕਰੋ ਵਟਸਐਪ ਨੰਬਰ 'ਤੇ ਮੈਸੇਜ ਕਰਕੇ, ਕਾਲ ਕਰਕੇ, ਤਾਂ ਜੋ ਅਸੀਂ ਪੂਰੀ ਦਿਨ ਦੁਨੀਆ ਤੱਕ ਤੁਹਾਡਾ ਮਨ ਤਬਲਾ ਜਿਹਾ ਕੰਮ ਲੈ ਕੇ ਜਾ ਸਕੀਏ, ਦੁਨੀਆ ਇੱਕ ਸੇਧ ਦੇ ਸਕੀਏ। ਇੱਦਾਂ ਦੀ ਹੋਰ ਵੀਡੀਓ ਦੇਖਣ ਲਈ ਸਾਡੇ ਨਾਲ ਬਣੇ ਰਹੋ ਯੂਟਿਊਬ ਚੈਨਲ ਨਾਲ। ਧੰਨਵਾਦ।